ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਅਤੇ ਮੇਰੀ ਪੂਰੀ ਡੈਸਟੀਨੀ ਬੋਰਡ ਦੀ ਟੀਮ ਵੱਲੋਂ, ਕੀ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਿਆ ਹੈ ਇੱਕ ਵਾਰ ਨਹੀਂ ਕਈ ਵਾਰ? ਕੀ ਤੁਹਾਡੇ 6 ਬੈਂਡ ਓਵਰਆਲ 5.5 ਇੱਕ ਮੋਡਿਊਲ 'ਚੋਂ ਹੈਗੇ ਆ ਤੁਹਾਡਾ ਵੀਜ਼ਾ ਰਿਫਿਊਜ਼ ਇੱਕ ਵਾਰ ਨਹੀਂ ਕਈ ਵਾਰ ਹੋ ਚੁੱਕਿਆ? ਇੱਕ ਵਾਰੀ ਦੁਬਾਰਾ ਸੋਚੋ, ਕਿਤੇ ਤੁਹਾਡੀ ਫਾਈਲ ਦੇ ਵਿੱਚ ਕੁਛ ਏਜੰਟ ਨੇ ਗਲਤ ਕੋਰਸ ਚੂਜ਼ ਤਾਂ ਨਹੀਂ ਕੀਤਾ, ਗਲਤ ਕਾਲਜ ਚੂਜ਼ ਤਾਂ ਨਹੀਂ ਕੀਤਾ? ਡੈਸਟੀਨੀ ਬੋਰਡ ਦੀ ਟੀਮ ਦਾ ਵਾਅਦਾ ਹੈ, ਤੁਹਾਨੂੰ ਨਵੰਬਰ ਇਨਟੇਕ ਵਾਸਤੇ ਭੇਜੇਗੀ, ਤੁਹਾਡਾ ਵੀਜ਼ਾ ਲਵਾ ਕੇ ਦੇਗੀ। ਜੇਕਰ ਵੀਜ਼ਾ ਨਹੀਂ ਲੱਗਦਾ, ਤੁਹਾਡਾ ਕੋਈ ਪੈਸੇ ਦਾ ਨੁਕਸਾਨ ਨਹੀਂ, ਤੁਹਾਡੀ ਟਿਊਸ਼ਨ ਫੀਸ, ਤੁਹਾਡੀ ਅੰਬੈਸੀ ਫੀਸ, ਤੁਹਾਡੀ ਨਵੰਬਰ ਇਨਟੇਕ ਵਾਸਤੇ ਫਾਸਟ ਟੈਗ ਐਪਲੀਕੇਸ਼ਨ ਫੀਸ, ਇਹ ਸਾਰੇ ਪੈਸੇ ਤੁਹਾਡੇ ਕੋਰੀਅਰ ਤੱਕ ਦੇ ਚਾਰਜਿਸ ਡੈਸਟੀਨੀ ਬੋਰਡ ਦੀ ਟੀਮ ਆਪਣੇ ਕੋਲੋਂ ਪੇ ਕਰੇਗੀ। ਇਸ ਮੌਕੇ ਦਾ ਫਾਇਦਾ ਚੁੱਕੋ, ਅੱਜ ਹੀ ਮਿਲੋ, ਅੱਜ ਹੀ ਫੋਨ ਕਰੋ, ਆਪਣੇ ਡਾਕੂਮੈਂਟਸ ਲੈ ਕੇ ਆ ਕੇ ਮਿਲੋ। ਤੁਸੀਂ ਵੀਜ਼ਾ ਤੋਂ ਪਹਿਲਾਂ ਕੋਈ ਪੈਸਾ ਨਹੀਂ ਦੇਣਾ। ਥੈਂਕ ਯੂ ਵੈਰੀ ਮੱਚ ਐਂਡ ਸਤਿ ਸ਼੍ਰੀ ਅਕਾਲ।